ਲਖੇਂਪੁਰ ਖੀਰੀ ਕਤਲਕਾਂਡ ਸਿਰਫ ਉੱਤਰ ਪ੍ਰਦੇਸ਼ ਹੀ ਨਹੀਂ ਬਲਕਿ 2022 ਦੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਵੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀਆਂ ਸਭਾਵਨਾਵਾਂ ਉੱਤੇ ਆਪਣਾ ਪਰਛਾਵਾਂ ਪਾਉਣ ਦੀ ਸੰਭਾਵਨਾ ਰੱਖਦਾ ਹੈ ਉੱਤਰਾਖੰਡ ਦੇ ਸਿੱਖ ਕਿਸਾਨ ਆਗੂਆਂ ਨੇ ਜੋ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨਾਲ ਜੁੜੇ ਹੋਏ ਹਨ ਉਹਨਾਂ ਨੇ ਉੱਤਰਾਖੰਡ ਦੇ ਸਿੱਖ ਪਾਈਚਾਰੇ ਦੇ ਮੈਂਬਰਾਂ ਨੂੰ ਚੋਣਾਂ ਵਿੱਚ ਭਾਜਪਾ ਦਾ ਬਾਈਕਟ ਕਰਨ ਦੀ ਅਪੀਲ ਕੀਤੀ ਹੈ ਇਨਾ ਆਗੂਆਂ ਨੇ ਕਹਿ ਕੇ ਉੱਤਰਾਖੰਡ ਦੇ ਉਦਮ ਸਿੰਘ ਨਗਰ ਵਿੱਚ ਭਾਈਚਾਰੇ ਦੇ ਮੈਂਬਰ ਜਿੱਥੇ ਕਿ ਲਗਭਗ 9 ਵਿਧਾਨ ਸਭਾ ਖੇਤਰਾਂ ਵਿੱਚ ਉਹ ਫੈਸਲਾ কোন ਹਾਲਤ ਵਿੱਚ ਹਨ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਜਿੱਤ ਜਾਂ ਹਾਰ ਨੂੰ ਤੈਅ ਕਰਦੇ ਹਨ ਅਤੇ ਹੋਰ ਜ਼ਿਲ੍ਹਿਆਂ ਵਿੱਚ ਜਿੱਥੇ ਸਿੱਖ ਭਾਈਚਾਰਾ ਹੈ ਉੱਥੇ ਉਹ ਭਾਜਪਾ ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਉਹਨਾਂ ਨੂੰ ਕੀਤੀ ਗਈ ਹੈ ਉੱਤਰਾਖੰਡ ਦੇ ਸਿੱਖ ਭਾਈਚਾਰੇ ਨੇ ਕਿਹਾ ਕਿ ਲਖੀਮਪੁਰ ਖੀਰੀ ਜਿਸ ਵਿੱਚ 8 ਮੌਤਾਂ ਹੋਈਆਂ ਉਹਨਾਂ ਨੇ ਭਾਈਚਾਰੇ ਨੂੰ ਲੀਹਾਂ ਤੇ ਇੱਕ ਨਿਰਦੇਸ਼ ਜਾਰੀ ਕਰਨ ਲਈ ਮਜਬੂਰ ਕੀਤਾ ਹੈ ਲਖੀਮਪੁਰ ਦੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਡੀ ਸਿੱਖ ਆਬਾਦੀ ਵਾਲਾ ਹਿੱਸਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਖੇਤੀ ਨਾਲ ਜੁੜੇ ਹੋਏ ਸਿੱਖ ਕਿਸਾਨ ਹਨ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਉੱਤਰਾਖੰਡ ਦੇ ਪ੍ਰਧਾਨ ਕਰਮ ਸਿੰਘ ਪੱਡਾ ਨੇ ਕਿਹਾ ਕਿ ਕਿਸਾਨ ਖਾਸ ਕਰਕੇ ਉੱਤਰਾਖੰਡ ਦੇ ਸਿੱਖ ਪਾਈਚਾਰੇ ਦੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਮੁਕੰਮਲ ਬਾਈਕਾਟ ਕਰਨਗੇ ਅਸੀਂ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਧਾਮੀ ਸਰਕਾਰ ਸਾਡੇ ਉੱਤੇ ਦialu ਰਹੀ ਹੈ ਪਰ ਲਕੀਮਪੁਰ ਖੇਰੀ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਦੀ ਹੱਤਿਆ ਅਤੇ ਫਿਰ ਦੋ ਸ਼ੀਆ ਦੀ ਗ੍ਰਿਫਤਾਰੀ ਵਿੱਚ ਦੇਰੀ ਨੇ ਸਾਨੂੰ ਸੱਤਾਧਾਰੀ ਪਾਰਟੀ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ ਹੈ ਉੱਤਰਾਖੰਡ ਬੀਕੇਯੂ ਦੇ ਉਪ ਪ੍ਰਧਾਨ ਰਣਜੀਤ ਸਿੰਘ ਰੰਦਾਵਾ ਨੇ ਕਿਹਾ ਕਿ ਸਥਿਤੀ ਇਨੀ ਗੰਭੀਰ ਹੈ ਕਿ ਉੱਤਰਾਖੰਡ ਦੇ ਸਿੱਖ ਪਾਈਚਾਰੇ ਨੂੰ ਲਖੀਮਪੁਰ ਖੇਰੀ ਵਿੱਚ ਮਾਰੇ ਗਏ ਲੋਕਾਂ ਨਾਲ ਇਕਤਾ ਪ੍ਰਗਟ ਕਰਨੀ ਪਵੇਗੀ ਤਰਾਈ ਪਾਮਰ ਪੱਟੀ ਦੇ ਮੁਜ਼ਾਹਰਾਕਾਰੀ ਕਿਸਾਨ ਜੋ ਕਿ ਜਣਤਰ ਸਿੱਖ ਪਾਈਚਾਰੇ ਦੇ ਹਨ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋਣਗੇ ਭਾਜਪਾ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਏ ਸਿੱਖ ਪਾਈਚਾਰੇ ਦੇ ਮੈਂਬਰਾਂ ਨੂੰ ਉਹਨਾਂ ਦੇ ਪਿੰਡ ਵਿੱਚ ਦਾਖਲ ਨਹੀਂ ਹੋਣਗੇ ਤਾ ਜਾਵੇਗਾ ਇਹ ਐਲਾਨ ਵੀ ਕੀਤਾ ਗਿਆ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਖੀਮਪੁਰ ਖੇਰੀ ਪੀੜਤ ਸਾਡੇ ਭਰਾ ਹਨ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਨਾਲ ਹਰ ਸੰਭਵ ਤਰੀਕੇ ਨਾਲ ਇਕਤਾ ਜਾਹਰ ਕਰੀਏ ਇੱਕ ਹੋਰ ਸਿੱਖ ਕਿਸਾਨ ਆਗੂ ਬਜਿੰਦਰ ਸਿੰਘ ਡੋਗਰਾ ਨੇ ਕਿਹਾ ਕਿ ਭਾਈਚਾਰੇ ਵਿੱਚੋਂ ਕਿਸੇ ਨੂੰ ਵੀ ਭਾਜਪਾ ਦੀ ਮੁਹਿੰਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਪਹਿਲਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਵਿੱਚ ਵਿਰੋਧ ਪ੍ਰਦਰਸ਼ਨ ਹੁੰਦੇ ਸਨ ਅਤੇ ਕਿਸੇ ਨੂੰ ਵੀ ਭਾਜਪਾ ਦਾ ਇੱਕ ਪਾਸੜ ਵਿਰੋਧ ਕਰਨ ਲਈ ਨਹੀਂ ਕਿਹਾ ਜਾਂਦਾ ਸੀ ਸਿੱਖ ਵੋਟਰ ਵੋਟ ਪਾਉਣ ਲਈ ਆਪਣੇ ਵਿਚਾਰ ਅਦੇ ਸੰਗਠਨ ਰੱਖਣ ਲਈ ਸਤੰਤਰ ਸੰ ਹਾਲਕੇ ਲਖੇਂਪੁਰ ਕੀਰੀ ਤੋਂ ਬਾਅਦ ਉੱਤਰਾਖੰਡ ਦੇ ਸਿੱਖਾਂ ਨੂੰ ਭਾਜਪਾ ਦਾ ਬਾਈਕਟ ਕਰਨ ਲਈ ਕਿਹਾ ਗਿਆ ਹੈ ਉੱਤਰਾਖੰਡ ਦੇ ਕਿਸਾਨ ਆਗੂਆਂ ਦੀਆਂ ਚੇਤਾਵਨੀਆਂ ਕਟੂਕਟ ਕਾਸ਼ੀਪੁਰ ਦੇ ਭਾਜਪਾ ਵਿਧਾਇਕ ਹਰਪ੍ਰੀਤ ਸਿੰਘ ਚੀਮਾ ਲਈ ਮੁਸੀਬਤ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਨੇ ਇਸ ਮਹੀਨੇ ਕਿਹਾ ਸੀ ਕਿ ਵਿਰੋਧ ਸਥਾਨਾ ਤੇ ਮੌਜੂਦ ਕਿਸਾਨ ਨਹੀਂ ਹਨ ਬਲਕਿ ਸਿਆਸੀ ਕਾਰਕੁਨ ਹਨ ਡੋਗਰਾ ਨੇ ਕਿਹਾ ਕਿ ਚੀਮਾ ਦਾ ਬਿਆਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਸ ਨੇ ਕਿਸਾਨ ਦਾ ਪੁੱਤਰ ਹੋਣ ਦੇ ਬਾਵਜੂਦ ਕਿਹਾ ਚੋਣਾਂ 'ਚ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਉਹ ਪਿਛਲੇ 20 ਸਾਲਾਂ ਵਿੱਚ ਕਦੇ ਵੀ ਕਾਸ਼ੀਪੁਰ ਸੀਟ ਵਿੱਚ ਨਹੀਂ ਹਾਰੇ ਪਰ ਇਸ ਵਾਰ ਅਜੇ ਹਾਨ ਨਹੀਂ ਹੋ ਸਕਦਾ ਕਾਸ਼ੀਪੁਰ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ ਜਿੱਥੇ ਚੋਣਾਂ ਦੇ ਨਤੀਜੇ ਜਾਂ ਵਿੱਚ ਸਿੱਖਾਂ ਅਤੇ ਰਾਇ ਸਿੱਖ ਭਾਈਚਾਰੇ ਦੀ ਸਥਿਤੀ ਫੈਸਲਾਕੁਨ ਹਾਲਤ ਵਿੱਚ ਹੈ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਹੋਰ ਹਲਕੇ ਜਿੱਥੇ ਸਿੱਖ ਵੋਟਰਾਂ ਦਾ ਮਜ਼ਬੂਤ ਪ੍ਰਭਾਵ ਹੈ ਉਹਨਾਂ ਵਿੱਚ ਬਾਜਪੁਰ ਗਦਰਪੁਰ ਖਟੀਮਾ ਨਾਨਕਮੱਤਾ ਜਸਪੁਰ ਕਿਚਾ ਸਤਾਰਗੰਜ ਅਤੇ ਰੁਦਰਪੁਰ ਹਨ ਜਸਪੁਰ ਨੂੰ ਛੱਡ ਕੇ 2017 ਦੀਆਂ ਚੋਣਾਂ ਵਿੱਚ 70 ਸੀਟਾਂ ਵਾਲੀ ਵਿਧਾਨ ਸਭਾ ਲਈ ਭਾਜਪਾ ਨੇ ਬਾਕੀ ਸਾਰੇ ਹਲਕੇ ਜਿੱਤੇ ਸਨ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਉੱਤਰਾਖੰਡ ਦੀ ਲਗਭਗ 1 ਕਰੋੜ 40 ਲੱਖ ਦੀ ਆਬਾਦੀ ਵਿੱਚ ਸਿੱਖਾਂ ਦਾ 2.34% ਹਿੱਸਾ ਹੈ ਉਹਨਾਂ ਵਿੱਚੋਂ 80% ਉਦਮ ਸਿੰਘ ਨਗਰ ਦੇ ਮੈਦਾਨੀ ਇਲਾਕਿਆਂ ਵਿੱਚ ਕੇਂਦਰ ਥਾਨ ਸੋ ਸਿੱਖ ਪਾਈਚਾਰੇ ਵੱਲੋਂ ਕੀਤੀ ਇਹ ਅਪੀਲ ਬੀਜੇਪੀ ਦੀ ਖੇਡ ਵਿਗਾੜ ਸਕਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ